ਮਲੋੜ ਦੀ ਅਨਾਜ ਮੰਡੀ ਵਿੱਚ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਕਿਸਾਨਾਂ ਅਤੇ ਸ਼ੈਲਰ ਯੂਨੀਅਨ ਦੇ ਮੈਂਬਰਾਂ ਵਿਚਕਾਰ ਝਗੜਾ ਹੋ ਗਿਆ। ਜਾਣਕਾਰੀ ਮੁਤਾਬਕ ਝੋਨੇ ਦੀ ਖਰੀਦ ਦੀ ਬੋਲੀ ਦੌਰਾਨ ਮਾਰਕੀਟ ਕਮੇਟੀ ਦੇ ਸਕੱਤਰ ਦੀ ਮੌਜੂਦਗੀ ਵਿੱਚ ਸ਼ੈਲਰ ਯੂਨੀਅਨ ਦੇ ਮੁਲਾਜ਼ਮ ਝੋਨੇ ਦੀ ਨਵੀਂ ਮਾਤਰਾ ਦੀ ਜਾਂਚ ਕਰ ਰਹੇ ਸਨ ਤਾਂ ਉਸ ਸਮੇਂ ਦੋਵਾਂ ਧਿਰਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ। ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਨਵੀਂ ਬਿਲਕੁਲ ਠੀਕ ਸੀ ਪਰ ਸ਼ੈਲਰ ਯੂਨੀਅਨ ਦੀ ਮਸ਼ੀਨ ਝੋਨੇ ਵਿੱਚ ਨਵੀਂ ਜ਼ਿਆਦਾ ਦੱਸ ਰਹੀ ਸੀ, ਜਿਸ ਤੋਂ ਬਾਅਦ ਸ਼ੈਲਰ ਮਾਲਕਾਂ ਵੱਲੋਂ ਉਹਨਾਂ ਉੱਤੇ ਹਮਲਾ ਕਰ ਦਿੱਤਾ ਗਿਆ। ਦੂਜੇ ਪਾਸੇ ਸ਼ੈਲਰ ਯੂਨੀਅਨ ਵੱਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ਆੜ੍ਹਤੀਆਂ ਦੇ ਕਹਿਣ ਉੱਤੇ ਕਿਸਾਨਾਂ ਨੇ ਹਮਲਾ ਕਰ ਦਿੱਤਾ ਅਤੇ ਇੱਕ ਮੁਲਾਜ਼ਮ ਨੂੰ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਵੀ ਕੀਤੀ ਗਈ ਹੈ ਤੇ ਉਧਰ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਆ ਜੀ, ਝੋਨੇ ਸੁੱਟਣ ਹੋ ਗਏ 10 ਦਿਨ ਮੇਰੇ ਚਾਚੇ ਦੇ ਲੜਕੇ ਨੇ, ਨਿਹੱਤਰ ਸਿੰਘ ਜੀ, ਤੇ ਮੈਂ ਤਾਂ ਕੱਲ ਪੈਸੇ ਲੈਣ ਆਇਆ ਸੀ ਤੇ ਉਹ ਮਤਲਬ ਜਵਾਕਾਂ ਨੂੰ ਕਹੀ ਜਾਂਦੇ ਜੀ ਪਰਸੋਂ 19 ਸੀ, ਫਿਰ ਬਹੁਤ ਚਤਰਾ 20 ਆ ਗਿਆ, ਅੱਜ 21 ਆ ਗਿਆ। ਉਹ ਨਾ ਜਾ ਕੇ ਮਾਰਕੀਟ ਦਾ ਮਾਰਕੀਟ ਦੇ ਵਿੱਚੋਂ ਕਮੇਟੀ ਵਿੱਚੋਂ ਜਾ ਕੇ ਚੈੱਕ ਕਰਾਇਆ, ਬੋਚਰ ਆਇਆ 15। ਅਸੀਂ ਜੁੜ ਕੇ ਤੇ ਉੱਥੇ ਚਲੇ ਗਏ ਵੀ ਗੱਲ ਭਾਈ ਸਾਡਾ 15 ਬੋਚਰ ਤੋਲਦੇ ਕਿਉਂ ਨਹੀਂ। ਉਹਨਾਂ ਸਾਨੂੰ ਕਿਹਾ ਤੁਹਾਡਾ ਸਵੇਰੇ ਝੋਨਾ ਤੋਲ ਦਿਆਂਗੇ, ਅਤੇ ਮੈਂ ਤਾਂ ਇਹ ਦੁਕਾਨ 'ਤੇ ਪੈਸੇ ਲੈਣ ਆਇਆ ਸੀ, ਉਹ 50-60 ਬੰਦੇ ਆਣ ਕੇ ਸਾਡੇ ਹੱਥੀ ਪੈ ਕੇ ਕੁੱਟ ਮਾਰ ਕਰਕੇ ਪਾ ਗਏ। ਕੌਣ ਸੀ ਬੰਦੇ ਉਹ? ਸ਼ੈਲਰਾਂ ਦੇ ਮਾਲਕ। ਅੱਜ ਚਾਂਗੀ ਰਾਮ ਹਰੀਚੰਦ ਦੁਕਾਨ ਦੇ ਉੱਤੇ ਸਾਡਾ ਮੋਇਸਚਰ ਵੱਧ ਮਾਲ ਭਰਿਆ ਹੋਇਆ ਸੀਗਾ। ਉਸ ਮੋਇਸਚਰ ਮੀਟਰ ਨੂੰ ਚੈੱਕ ਕਰਨ ਵਾਸਤੇ ਅਸੀਂ ਸੈਕਟਰੀ ਮਾਰਕੀਟ ਕਮੇਟੀ ਨੂੰ ਬੇਨਤੀ ਕੀਤੀ ਸੀ। ਸੈਕਟਰੀ ਮਾਰਕੀਟ ਕਮੇਟੀ ਸਾਡੇ ਨੁਮਾਇੰਦਿਆਂ ਨੂੰ ਨਾਲ ਲੈ ਕੇ ਅਤੇ ਪਰਚੇਜਰਾਂ ਨੂੰ ਨਾਲ ਲੈ ਕੇ ਉਸ ਭਰੇ ਹੋਏ ਮਾਲ ਨੂੰ ਚੈੱਕ ਕਰਨ ਗਏ ਸੀ। ਉਸ ਮਾਲ ਦੇ ਵਿੱਚ 20.6 ਮਾਲ ਭਰਿਆ ਹੋਇਆ ਸੀ। ਸੈਕਟਰੀ ਸਾਹਿਬ ਨੇ ਆੜ੍ਹਤੀਏ ਨੂੰ ਹੁਕਮ ਦਿੱਤੇ ਕਿ ਤੂੰ ਇਹ ਮਾਲ ਨੂੰ ਖਾਲੀ ਕਰ ਦੇ, ਪਰ ਆੜ੍ਹਤੀਏ ਨੇ ਆਪਣੇ ਜ਼ਿਮੀਂਦਾਰਾਂ ਨੂੰ ਕਹਿ ਕੇ ਵੀ ਤੁਸੀਂ ਆਹ ਸ਼ੈਲਰਾਂ ਵਾਲੇ ਰੌਲਾ ਪਾਉਂਦੇ ਆ, ਇਹਨਾਂ ਦਾ ਕੀ ਮਤਲਬ ਹੈ ਇੱਥੇ ਮੰਡੀ 'ਚੋਂ? ਅਤੇ ਉਹਦੇ ਬਾਵਜੂਦ ਉਹ ਸਾਡੇ ਪਰਚੇਜਰਾਂ ਦੇ ਅਤੇ ਸ਼ੈਲਰ ਯੂਨੀਅਨ ਦੇ ਜਿਹੜੇ ਨੁਮਾਇੰਦੇ ਗਏ ਸੀ ਉਹਨਾਂ ਦੇ ਗੱਲ ਪੈ ਗਏ। ਉਹਨਾਂ ਦੇ ਗੱਲ ਪੈਣ ਤੋਂ ਬਾਅਦ ਅਸੀਂ ਸਟ੍ਰਾਈਕ ਕਰਤੀ। ਇਹ ਸਟ੍ਰਾਈਕ ਅਣਮਿੱਥੇ ਸਮੇਂ ਲਈ ਹੈ, ਜਿੰਨੀ ਦੇਰ ਉਸ ਜ਼ਿਮੀਂਦਾਰਾਂ ਦੇ ਉੱਪਰ ਜਿਹੜੇ ਚਾਂਗੀ ਰਾਮ ਹਰੀਚੰਦ ਦੇ ਮਾਲਕ ਬੱਬੂ ਖੁਰਾਣੇ ਨੇ ਬੁਲਾਏ ਹੋਏ ਸੀ ਉਹਨਾਂ ਦੇ ਉੱਤੇ ਪਰਚਾ ਦਰਜ ਨਹੀਂ ਹੁੰਦਾ, ਅਤੇ ਅਸੀਂ ਉਨੀ ਦੇਰ ਆਪਦੀ ਸਟ੍ਰਾਈਕ ਬਿਲਕੁਲ ਨਹੀਂ ਖੋਲ੍ਹਾਂਗੇ ਅਤੇ ਆਪਣੇ ਸ਼ੈਲਰਾਂ ਦੇ ਵਿੱਚ ਮਾਲ ਉਨੀ ਦੇਰ ਸਟੋਰ ਨਹੀਂ ਕਰਾਂਗੇ। ਸੈਕਟਰੀ ਸਾਹਿਬ ਦੇ ਨਾਲ ਜਾ ਕੇ ਇੱਕ ਢੇਰੀ ਦਾ ਮੋਇਸਚਰ ਚੈੱਕ ਕਰ ਰਹੇ ਸੀ ਜੀ। ਉਸ ਦਾ ਮੋਇਸਚਰ ਆਇਆ ਸੈਕਟਰੀ ਸਾਹਿਬ ਦੇ ਮੋਇਸਚਰ ਮੀਟਰ 'ਤੇ 20.5 ਜੀ। ਉਸ 'ਤੇ ਜੋ ਸੈਕਟਰੀ ਸਾਹਿਬ ਨੇ ਕਿਹਾ ਵੀ ਇਸ ਨੂੰ ਖਾਲੀ ਕਰਾ ਦਿਓ ਬੋਰੀਆਂ ਨੂੰ, ਅਤੇ ਜਦੋਂ ਮੈਂ ਕਿਹਾ ਵੀ ਇਹਦਾ ਮੈਂ ਰਾਤ ਮੋਇਸਚਰ ਕੱਢਿਆ ਸੀ ਇਹਦਾ 21 ਆਇਆ ਸੀ ਜੀ, ਅਤੇ ਇਹਨਾਂ ਨੇ ਭਰਤਾ ਬਿਨਾਂ ਪੁੱਛੇ ਜੀ। ਫਿਰ ਉਹ ਜ਼ਿਮੀਂਦਾਰ ਜੋ ਵੀ ਸੀ ਵੀ ਤੂੰ ਕੌਣ ਹੁੰਦਾ ਇਹ ਗੱਲ ਕਹਿਣ ਵਾਲਾ, ਉਹ ਜ਼ਿਮੀਂਦਾਰ ਮੇਰੇ ਗੱਲ ਪੈ ਗਏ ਜੀ। ਮੈਨੂੰ ਇਹ ਇਸ ਤਰ੍ਹਾਂ ਬੋਲਿਆ ਗਿਆ ਵੀ ਤੂੰ ਚੂੜਾ ਸਾਡੇ ਭਾਅ ਕਿਵੇਂ ਲਾਊਗਾ ਜੀ, ਜਾਤੀ ਸੂਚਕ ਸ਼ਬਦ ਮੈਨੂੰ ਬੋਲੇ ਗਏ। ਮੇਰੇ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਜੀ। ਜੋ ਵੀ ਸਾਡੀ ਸ਼ੈਲਰ ਯੂਨੀਅਨ ਦੇ ਨੁਮਿੰਦੇ ਅਤੇ ਪਰਚੇਜਰ ਯੂਨੀਅਨ ਦੇ ਨੁਮਿੰਦੇ ਸਭ ਮੌਜੂਦ ਸੀ ਜੀ ਉੱਥੇ, ਅਤੇ ਮੇਰੇ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਕਿਹਨੇ ਸੀਗੇ? ਬੱਬੂ ਝਾਂਗੀ ਹੈਗਾ ਜੀ, ਇੱਕ ਆੜ੍ਹਤੀ ਆ, ਉਹਦੇ ਜ਼ਿਮੀਂਦਾਰ ਸੀਗੇ ਜੀ, ਝਾਂਗੀ ਰਾਮ ਹਰੀਚੰਦ ਆੜ੍ਹਤ ਦਾ ਨਾਮ ਆ ਜੀ, 15 ਨੰਬਰ ਸ਼ੋਪ ਆ ਜੀ। ਇਹ ਮੇਰੀ ਦੁਕਾਨ 'ਤੇ ਜੀ ਰੌਲਾ ਮਾਮਲਾ ਸੀ ਜੀ। ਕੱਲ੍ਹ ਇਹਨਾਂ ਦਾ ਝੋਨੇ ਦਾ ਮੋਰਚਾ ਨਿਕਲਿਆ ਜੀ ਮਾਰਕੀਟ ਕਮੇਟੀ ਮਲੋੜ ਤੋਂ 17:30, ਜਿਹੜਾ ਕਿ ਸ਼ੈਲਰ ਵਾਲਾ ਕੱਢ ਰਿਹਾ ਸੀ 21। ਸੈਕਟਰੀ ਸਾਹਿਬ ਨੇ ਝੋਨਾ ਭਰਵਾ ਤਾ, ਜਿਹੜੇ ਕਿ ਅੱਜ ਸਾਰੇ ਇਹਨਾਂ ਕਿਸੇ ਬੰਦੇ ਨੂੰ ਸਾਡੇ ਜ਼ਿਮੀਂਦਾਰ ਨੇ ਕੁਛ ਵੀ ਨਹੀਂ ਕਿਹਾ, ਇਸ ਗੱਲ ਦਾ ਮੈਂ ਸੋਚ ਦਿੰਦਾ ਜੀ। ਉਸ ਤੋਂ ਬਾਅਦ ਸਵੇਰੇ ਅੱਜ ਜ਼ਿਮੀਂਦਾਰ ਮਤਲਬ ਪੈਸੇ ਲੈਂਦੇ ਸਾਫ਼ ਕਰਾਉਣ ਵਾਸਤੇ ਆਏ, ਇਹਨਾਂ ਦੇ ਆ ਕੇ ਦੁਕਾਨ 'ਤੇ ਡੱਲ ਪਏ, ਇਹਨਾਂ ਨੂੰ ਕੁੱਟਿਆ ਮਾਰਿਆ, ਸੱਟਾਂ ਮਾਰੀਆਂ, ਛੱਤਾਂ 'ਤੇ ਚੜ੍ਹ ਕੇ ਮੇਰੀ ਦੁਕਾਨ 'ਤੇ ਕੈਮਰੇ ਲੱਗੇ, ਅਕੋਰਡਿੰਗ ਮੇਰੇ ਕੋਲ ਹੈ ਬੰਦੇ, ਸਾਰੀ ਸ਼ੈਲਰ ਯੂਨੀਅਨ ਸੀ। ਇਹ ਅੱਜ ਝੋਨੇ ਦੀ ਖੀਰ ਨੂੰ ਲੈ ਕੇ ਸ਼ੈਲਰ ਮਾਲਕਾਂ ਦਾ ਅਤੇ ਇੱਦਾਂ ਦਾ ਆੜ੍ਹਤ ਦੇ ਜਿਹੜੇ ਦੁਕਾਨ ਆੜ੍ਹਤੀਆਂ ਦਾ ਆਪਸ ਵਿੱਚ ਹੋਇਆ, ਕੋਈ ਜਿਹੜਾ ਉਹਨਾਂ ਨੇ ਕਹਿੰਦੇ ਵੀ 21% ਜਿਹੜਾ ਮਾਸਟਰ ਜਿਹੜਾ ਝੋਨੇ 'ਚ ਚਾਹੀਦਾ ਵੀ ਇਹ ਨਹੀਂ ਲੈ ਰਹੇ, ਇਸ ਕਰਕੇ ਇਹਨਾਂ ਨੇ ਜਿਹੜੀ ਖਰੀਦ ਕੀਤੀ ਦੁਕਾਨਦਾਰਾਂ ਨੇ, ਸ਼ੈਲਰ ਮਾਲਕ ਆ ਕੇ ਇਹਨਾਂ ਨਾਲ ਇਸ ਗੱਲ 'ਚ ਨਾਰਾਜ਼ ਹੋਏ ਆ ਵੀ ਇਹ ਕੰਮ ਤੁਸੀਂ ਨਾ ਕਰੋ। ਕੁਛ ਨਹੀਂ, ਉਹਨਾਂ ਦਾ ਆਪਸ ਵਿੱਚ ਤਕਰਾਰ ਹੋਇਆ, ਉਹਦੇ ਵਿੱਚ ਜਿਹੜਾ ਹੋਇਆ ਉਹਦੇ ਵਿੱਚ ਜੋ ਵੀ ਉਹਦਾ ਸਾਹਮਣੇ ਆਇਆ ਉਹਦੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ। ਨਹੀਂ ਕੋਈ ਨਹੀਂ ਕੋਈ ਤਣਾਅਪੂਰਨ ਨਹੀਂ ਕੋਈ ਤਣਾਅਪੂਰਨ ਨਹੀਂ ਗਾ ਮਾਹੌਲ ਕੋਈ ਤਣਾਅਪੂਰਨ ਨਹੀਂ ਗਾ, ਬਿਲਕੁਲ ਨੋਰਮਲ ਚੱਲ ਰਿਹਾ। ਥੋੜ੍ਹਾ ਜਿਹਾ ਲੈ ਕੇ ਉਹਦੀ ਖਰੀਦ ਨੂੰ ਲੈ ਕੇ ਉਹ ਮਾਰਕੀਟ ਕਮੇਟੀ ਨਾਲ ਉਹਨਾਂ ਦੀ ਗੱਲਬਾਤ।